ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਦੋਸਤ ਤੇ ਹੋਸਟ ਪੂਜਾ, ਮੈਂ ਤੁਹਾਡਾ ਸਵਾਗਤ ਕਰਦੀ ਹਾਂ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ ਤੇ, ਜਿੱਥੇ ਤੁਹਾਨੂੰ ਮਿਲਣ ਵਾਲੀਆਂ ਨੇ ਬਾਲੀਵੁੱਡ ਤੇ ਬਾਲੀਵੁੱਡ ਨਾਲ ਜੁੜੀਆਂ ਹਰੇਕ ਲੇਟੈਸਟ ਅਪਡੇਟ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਪਡੇਟ ਵੱਲ। ਇਹ ਅਪਡੇਟ ਸਾਨੂੰ ਦਿੱਤੀ ਗਈ ਹੈ ਬਾਲੀਵੁੱਡ ਐਕਟਰੈਸ ਜਰੀਨ ਖਾਨ ਵੱਲੋਂ, ਜੋ ਆਪਣੀ ਨਵੀਂ ਮੂਵੀ ਲੈ ਕੇ ਆ ਰਹੇ ਨੇ ਜਿਸਦਾ ਟਾਈਟਲ ਹੈ ਪਤਾਲ ਪਾਣੀ। ਜੇ ਆਪਾਂ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਜਰੀਨ ਖਾਨ ਦੇ ਨਾਲ ਨਾਲ ਸਾਨੂੰ ਕਰਨਵੀਨ ਬੋਹਰਾ ਕੰਮ ਕਰਦੇ ਨਜ਼ਰ ਆਉਣਗੇ। ਇਸ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਰਾਜ ਆਸ਼ੂ ਅਤੇ ਪ੍ਰੋਡਿਊਸ ਕੀਤਾ ਗਿਆ ਹੈ ਪੰਚਮ ਸਿੰਘ ਅਤੇ ਤੇਜੇ ਸਿੱਧੂ ਵੱਲੋਂ ਅਤੇ ਲਿਖਿਆ ਗਿਆ ਹੈ ਸੀਪੀ ਝਾ ਵੱਲੋਂ। ਤੁਹਾਨੂੰ ਦੱਸ ਦਈਏ ਕਿ ਇਹ ਮੂਵੀ ਦੀ ਰਿਲੀਜ਼ਿੰਗ ਡੇਟ ਹਾਲੇ ਅਨਾਊਂਸ ਨਹੀਂ ਕੀਤੀ ਗਈ ਅਤੇ ਬਹੁਤ ਜਲਦ ਤੁਹਾਨੂੰ ਇਹ ਮੂਵੀ ਸਿਨੇਮਾ ਹਾਲ ਦੇ ਵਿੱਚ ਵੇਖਣ ਨੂੰ ਮਿਲ ਜਾਵੇਗੀ। ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਅਪਡੇਟ? ਸਾਨੂੰ ਲਾਈਕ, ਕਮੈਂਟ ਐਂਡ ਸ਼ੇਅਰ ਕਰਕੇ ਜ਼ਰੂਰ ਦੱਸੋ ਅਤੇ ਨਾਲ ਦੀ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਥੈਂਕਸ ਫੋਰ ਵਾਚਿੰਗ ਐਂਡ ਕੀਪ ਸ਼ੇਅਰਿੰਗ।